ਕੰਮ ਕਰਾਂਗੇ ਤੇ ਬੱਚੇ ਖਾਣਗੇ ਤੇ ਸਾਨੂੰ ਕੰਮ ਹੀ ਨਾ ਜੁੜਿਆ ਤੇ ਭੁੱਖੇ ਮਰਾਂਗੇ। ਜੇ ਸਰਕਾਰਾਂ ਪਰਚੇਜ਼ਾਂ ਨਹੀਂ ਕਰਦੀਆਂ ਉੱਥੇ ਦਾ ਕਿਸਾਨ ਜਿਹੜਾ ਉਹ ਲੇਬਰਾਂ ਕਰਨ ਨੂੰ ਮਜਬੂਰ ਹੋਇਆ ਤੇ ਇਹ ਐਗਜ਼ਾਮਪਲ ਆ ਸਾਡੇ ਵਾਸਤੇ ਵੀ ਕੱਲ ਨੂੰ ਅਸੀਂ ਵੀ ਇਹੋ ਕੰਮ ਹੀ ਕਰਾਂਗੇ। ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਸੜਕਾਂ 'ਤੇ ਨੇ, ਉੱਧਰ ਇਹ ਕਿਸਾਨ ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਲੈ ਕੇ ਵੀ ਪਹੁੰਚ ਰਹੇ ਨੇ। ਹਾਲਾਂਕਿ ਸਰਕਾਰੀ ਖਰੀਦ ਭਾਵੇਂ 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ, ਪਰ ਮੰਡੀਆਂ ਵਿੱਚ ਫਸਲ ਦੀ ਖਰੀਦ ਪ੍ਰਾਈਵੇਟ ਤੌਰ 'ਤੇ ਸ਼ੁਰੂ ਹੋ ਚੁੱਕੀ ਹੈ। ਟੋਲੀ ਕਰਾ ਰਹੇ ਹਾਂ ਹਰ ਚੀਜ਼ ਦੀ, PR ਦੀ ਵੀ, 1509 ਦੀ ਵੀ ਅਤੇ ਦੇਵਗੋੜੇ ਦੀ ਵੀ। ਜਿਹੜੀ ਵੀ ਸਾਡੇ ਕੋਲ ਵਰਾਇਟੀ ਆਉਂਦੀ ਆ, ਸਾਡੇ ਕੋਲ ਜਿੰਨੇ ਪਰਚੇਜ਼ਰ ਹੁੰਦੇ ਆ ਉਹਨਾਂ ਦੀ ਬੋਲੀ ਕਰਾਉਂਦੇ ਹਾਂ। ਸ਼ਾਮ ਨੂੰ ਉਹਨਾਂ ਕੋਲ ਅਸੀਂ ਪੱਕਾ ਬਿੱਲ ਲੈਂਦੇ ਹਾਂ, ਅਸੀਂ ਆਪਣੇ ਰਿਕਾਰਡ 'ਤੇ ਜਾਣਦੇ ਹਾਂ ਜੋ ਉਹਨਾਂ ਦੇ ਮਾਰਕੀਟ ਪ੍ਰਾਈਜ਼ ਹੁੰਦਾ। ਜਿੱਦਾਂ ਕਿ ਅੱਜ ਕੱਲ੍ਹ ਔਨਲਾਈਨ ਸਾਰੇ ਸਿਸਟਮ, ਸਾਰੀ ਇਨਫੋਰਮੇਸ਼ਨ ਏਜ ਆ, ਸਾਰਾ ਇੱਕ ਦੂਜੇ ਕੋਲ ਮੰਡੀਆਂ ਨੂੰ ਪਤਾ ਕਰ ਲੈਂਦੇ ਆ ਜੋ ਮੰਡੀਆਂ ਦਾ ਰੇਟ ਚੱਲਦਾ ਵਾ। ਜ਼ਿਮੀਦਾਰ ਦੀ ਸਹਿਮਤੀ ਨਾਲ, ਜੇ ਜ਼ਿਮੀਦਾਰ ਕਹਿੰਦਾ ਕਿ ਮੈਂ ਆਪਣਾ ਮਾਲ ਚੁੱਕ ਕੇ ਲਿਜਾਣਾ, ਨਹੀਂ ਵੇਚਣਾ, ਉਹ ਆਪਣਾ ਲੈ ਜਾਂਦਾ। ਬਟਾਲਾ ਦੀ ਦਾਣਾ ਮੰਡੀ ਦੇ ਆੜ੍ਹਤੀ ਦੱਸ ਰਹੇ ਨੇ ਕਿ ਇਸ ਵੇਲੇ ਝੋਨਾ MSP ਯਾਨੀ ਕਿ ਘੱਟੋ ਘੱਟ ਸਮਰਥਨ ਮੁੱਲ ਤੋਂ ਵੀ ਘੱਟ ਕਿਉਂ ਵਿਕ ਰਿਹਾ ਹੈ ਅਤੇ ਖੇਤੀ ਬਿੱਲਾਂ ਦੇ ਆਉਣ ਦਾ ਅਸਰ ਕੀ ਹੋ ਸਕਦਾ ਹੈ। ਬਹੁਤ ਹੀ ਮਾੜਾ ਹਾਲ ਆ। ਜਿਹੜੀ ਆਪਾਂ ਗੱਲ ਕਰੀਏ 1250 ਰੁਪਈਏ ਤੋਂ ਲੈ ਕੇ 1500 ਹੱਦ 1500 1600 ਰੁਪਈਆ ਰੇਟ ਆ, 1400 ਰੁਪਈਆ ਜੀ, 1400 ਰੁਪਈਆ ਜਿਹੜਾ ਆਪਾਂ 1888 MSP ਪ੍ਰਾਈਜ਼ ਆ ਗੌਰਮੈਂਟ ਦੀ ਜਿਹੜੀ, ਉਹਦਾ ਅੱਜ ਤੁਸੀਂ ਲਾ ਲਓ ਵੀ ਜਿਹੜਾ 17% ਮਾਸਟਰ ਦਾ ਰੇਟ ਆ ਉਹ 1600 ਰੁਪਈਆ ਲੱਗ ਰਿਹਾ। ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ। ਜਿੰਨਾ ਚਿਰ ਤੱਕ ਗੌਰਮੈਂਟ ਦੀ ਪਿਕਚਰ ਕਲੀਅਰ ਨਹੀਂ ਹੋ ਜਾਂਦੀ, ਉਨਾ ਚਿਰ ਤੱਕ ਹਰ ਕੋਈ ਬੰਦਾ ਹੀ ਜਿਹੜਾ ਕੋਈ ਮਾਲ ਸਟੋਪ ਕਰ ਰਿਹਾ, ਕੋਈ ਮਾਲ ਲੈ ਰਿਹਾ, ਉਹ ਡਰ ਰਿਹਾ ਕਿ ਪਤਾ ਨਹੀਂ ਕੱਲ੍ਹ ਨੂੰ ਸਰਕਾਰਾਂ ਨੇ ਕੀ ਕਰਨਾ ਹੈ। ਵੀ ਬਿਹਾਰ ਦੇ ਵਿੱਚ ਵੀ ਤੁਸੀਂ ਵੇਖ ਲਓ, ਫਸਲਾਂ ਬਿਹਾਰ ਦੇ ਵਿੱਚ ਵੀ ਹੁੰਦੀਆਂ, MSP ਸਾਰੇ ਇੰਡੀਆ ਦੇ ਵਿੱਚ ਆ। ਇਹ ਨਹੀਂ ਵੀ ਜੇ MSP ਆਪਾਂ ਗੱਲ ਕਰਦੇ ਹਾਂ ਉਹ ਤਾਂ ਕਹਿ ਰਿਹਾ ਵੀ ਅਸੀਂ MSP ਤੋੜਾਂਗੇ, ਨਹੀਂ MSP ਰੱਖਾਂਗੇ, ਪਰ ਜਿੱਥੇ ਪਰਚੇਜ਼ਾਂ ਨਹੀਂ ਹੁੰਦੀਆਂ ਉੱਥੇ ਤੁਸੀਂ ਹਾਲ ਵੇਖ ਲਓ, ਉਹਨਾਂ ਸਟੇਟਾਂ ਦਾ ਹਾਲ ਵੇਖ ਲਓ। ਬਿਹਾਰ ਆ, ਬਿਹਾਰ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਉਹਨਾਂ ਮਜ਼ਦੂਰਾਂ ਦੀ ਜਿਹੜੇ ਸਾਡੇ ਕੋਲ ਆਣ ਕੇ ਕੰਮ ਕਰਦੇ ਆ, ਕੀ ਗੱਲ, ਉਹ ਕਿਸਾਨ ਨਹੀਂ, ਉਹ ਵੀ ਕਿਸਾਨ ਆ। ਹਰ ਇੱਕ ਕੋਲ ਕਿਸੇ ਕੋਲ 4 ਕਿੱਲੇ, ਕਿਸੇ ਕੋਲ 6 ਕਿੱਲੇ ਜ਼ਮੀਨ ਆ, ਪਰ ਉੱਥੇ ਦੇ ਜਿਹੜੀ ਆ ਜਿਹੜੇ ਝੋਨਾ ਆ ਉਹਦਾ ਰੇਟ ਜਿਹੜਾ ਉਹ 1200 ਰੁਪਈਆ ਹੈ ਝੋਨੇ ਦਾ। ਜਿਹੜਾ ਉੱਥੇ ਮੱਕੀ ਆ ਉਹਦਾ ਰੇਟ 650 ਰੁਪਈਆ। ਜਦੋਂ ਉੱਥੇ ਪਰਚੇਜ਼ਾਂ ਹੀ ਨਹੀਂ ਸਰਕਾਰਾਂ ਕਰਦੀਆਂ ਹੀ ਨਹੀਂ, ਜਿੰਨਾ ਸਟੇਟਾਂ 'ਚ ਸਰਕਾਰਾਂ ਪਰਚੇਜ਼ਾਂ ਨਹੀਂ ਕਰਦੀਆਂ ਉੱਥੇ ਦਾ ਕਿਸਾਨ ਜਿਹੜਾ ਉਹ ਲੇਬਰਾਂ ਕਰਨ ਨੂੰ ਮਜਬੂਰ ਹੋਇਆ, ਅਤੇ ਇਹ ਐਗਜ਼ਾਮਪਲ ਆ ਸਾਡੇ ਵਾਸਤੇ ਵੀ ਕੱਲ੍ਹ ਨੂੰ ਅਸੀਂ ਵੀ ਇਹੋ ਕੰਮ ਹੀ ਕਰਾਂਗੇ। ਟਰੱਕਾਂ ਦਾ, ਲੇਬਰਾਂ ਦਾ ਕੰਮ, ਇੱਥੇ ਬਾਜ਼ਾਰਾਂ 'ਚ ਪੇਮੈਂਟ ਆਏਗੀ, ਬਾਜ਼ਾਰਾਂ 'ਚ ਜੱਟ ਜਾਏਗਾ, ਉੱਥੋਂ ਬਾਜ਼ਾਰਾਂ 'ਚ ਰੌਣਕਾਂ ਹੋਣਗੀਆਂ, ਅਤੇ ਜੱਟ ਜੇ ਜੱਟ ਮਾਰੇਗਾ ਤਾਂ ਰਹਿਣਾ ਕੋਈ ਵੀ ਨਹੀਂਗਾ। ਇਹ ਲੇਬਰਾਂ ਵੀ ਵਿਚਾਰੇ, ਲੇਬਰਾਂ ਵੀ ਜੱਟਾਂ ਦੇ ਸਿਰ 'ਤੇ ਹੀ ਆ। MSP ਤੋਂ ਹੇਠਾਂ ਘੱਟ ਕੀਮਤ 'ਤੇ ਆਪਣੀ ਫਸਲ ਮੰਡੀ ਵਿੱਚ ਵੇਚ ਰਹੇ ਕਿਸਾਨ ਕੀ ਕਹਿੰਦੇ ਨੇ, ਆਓ ਸੁਣਦੇ ਹਾਂ। ਕਿਸਾਨ ਕੀ ਕਰ ਸਕਦਾ ਜੀ, ਇਹ ਜਿਹੜੇ ਦਾਣੇ ਆ ਜੇ ਬਣੇ ਆ, ਤੁਸੀਂ ਵੇਖੋ ਜੇ ਕੋਈ ਕੱਚਾ ਹੋਵੇ ਚਾਹੇ ਕੋਈ ਹਰਾ ਹੋਵੇ, ਤਦ ਤਾਂ ਫਿਰ ਹੈ ਆ ਪੱਕੀ ਫਸਲ ਆ। ਇਹਨੂੰ ਅਸੀਂ ਕਿੰਨਾ ਕੁ ਚਿਰ ਪੈਈ ਦੇ ਵਿੱਚ ਰੱਖ ਸਕਦੇ ਹਾਂ ਜੀ? ਨਾ ਤਾਂ ਜ਼ਿਆਦਾ ਚਿਰ ਅਸੀਂ ਇਹਨੂੰ ਪੈਈ ਦੇ ਵਿੱਚ ਰੱਖ ਸਕਦੇ ਹਾਂ, ਕਿਉਂਕਿ ਝੋਨਾ ਮੁੱਢੀ ਪੈ ਰਿਹਾ ਸੀਗਾ, ਗੇਤੀ ਵਰਾਇਟੀ ਵੱਢਣ ਕਾਰ ਹੋਣ ਕਾਰਨ ਸਾਨੂੰ ਵੱਢਣਾ ਪਿਆ, ਵੱਢ ਕੇ ਸਾਨੂੰ ਮੰਡੀ 'ਚ ਲਿਆਂਦਾ, ਇੱਥੇ ਜਿਹੜਾ ਰੇਟ ਆ ਸਾਨੂੰ 1400-1500 ਰੁਪਈਆ ਮਿਲ ਰਿਹਾ। ਕੀ ਕਰ ਸਕਦੇ ਹਾਂ? ਇਸੇ ਕਰਕੇ ਤਾਂ ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਗੇ ਆਈਆਂ ਆਣ ਕੇ, ਅਤੇ ਇਹ ਰੌਲਾ ਪਿਆ ਇਸੇ ਕਰਕੇ ਪਿਆ ਆ, ਕਿ ਸਾਨੂੰ ਜਿਹੜਾ ਬਣਦਾ ਭਾਅ ਸਾਨੂੰ ਨਹੀਂ ਮਿਲਦਾ, ਖਰਚੇ ਜਿਹੜੇ ਆ ਜ਼ਿਮੀਦਾਰ ਦੇ ਜ਼ਿਆਦਾ ਵੱਧ ਗਏ ਆ, ਰੇਟ ਜਿਹੜੇ ਆ ਉਹ ਪੂਰੇ ਮਿਲ ਨਹੀਂ ਰਹੇ। ਕਿਸਾਨ ਸੜਕਾਂ 'ਤੇ ਆਊਗਾ, ਹੋਰ ਕੀ ਕਰੂੰਗਾ? ਕੀ ਕਰੀਏ, ਜਾਇਜ਼ ਤਾਂ ਨਹੀਂ ਖੁਸ਼ ਅਸੀਂ ਹੈਗੇ, ਕੀ ਕਰੀਏ, ਜਦੋਂ ਸਾਨੂੰ ਕੋਈ ਪੁੱਛਦਾ ਹੀ ਨਹੀਂ, ਇੱਥੇ ਬਹਿ ਗਏ ਵੀ ਕੀ ਕਰਾਂਗੇ, ਅਤੇ ਪਿੱਛੇ ਕੰਮ ਕਾਰੋਬਾਰ ਵੀ ਕਰਨਾ ਹੋਇਆ ਕੋਈ,
ਹੋਰ ਵੀ ਸਾਹਮਣਾ ਆਇਆ, ਡੰਗਰ ਵੀ ਮਾਲ ਵੀ ਸਾਹਮਣਾ ਆਇਆ, ਕੀ ਕਰਾਂਗੇ ਅਸੀਂ, ਬਹਿ ਤਾਂ ਬਹਿ ਹੀ ਸਕਦੇ ਨਹੀਂ ਅਸੀਂ। ਬਹੁਤ ਥੱਲੇ ਜਾ ਰਹੇ ਕਿਸਾਨ ਜਿਹੜੇ ਅੱਗੇ ਨਾਲ ਬਹੁਤ ਥੱਲੇ ਡਿੱਗ ਰਹੇ ਆ, ਜੋ ਜਿਨਸਾਂ ਦਾ ਭਾਅ ਨਹੀਂ ਮਿਲਦਾ ਉੱਤੋਂ ਰੱਬ ਦੀ ਮਾਰ ਵੱਜੀ ਆ, ਪਿਛਲੇ ਸਾਲ ਨਾਲੋਂ 10-10 ਕੁਇੰਟਲ ਵਜਨ ਘੱਟ ਨਿਕਲ ਰਿਹਾ। ਕਈ ਸਾਲਾਂ ਤੋਂ ਮੰਡੀ ਵਿੱਚ ਮਜ਼ਦੂਰੀ ਕਰ ਰਹੇ ਪੱਲੇਦਾਰਾਂ ਨੇ ਵੀ ਤਾਜ਼ਾ ਹਾਲਾਤ ਬਿਆਨ ਕੀਤੇ। ਫਸਲ ਦਾ ਕੋਈ ਮੁੱਲ ਨਹੀਂ ਹੈਗਾ, ਅੱਗੇ ਫਸਲ ਦਾ ਮੁੱਲ ਹੁੰਦਾ ਸੀ ਅਤੇ ਫਸਲ ਆਉਂਦੀ ਸੀ ਅਤੇ ਝੱਟ ਵਿਕਦੀ ਸੀ ਅਤੇ ਕਿਸਾਨ ਵੀ ਘਰਾਂ ਨੂੰ ਟਾਈਮ ਨਾਲ ਜਾਂਦੇ ਸੀ ਅਤੇ ਆਪਾਂ ਵੀ ਟਾਈਮ ਨਾਲ ਵਿਹਲੇ ਹੋਈਦਾ ਸੀ ਅਤੇ ਹੁਣ ਕਿਸਾਨਾਂ ਦੀ ਵੀ ਫਸਲ ਆ ਕੇ ਇੱਥੇ ਬਰਬਾਦੀ ਇੱਕ ਹਿਸਾਬ ਦੀ, ਇੱਥੇ ਕੋਈ ਉਹਦਾ ਮੁੱਲ ਤਾਂ ਪੈਣ ਨਹੀਂ ਡਿਆ ਅਤੇ ਕਿਸਾਨਾਂ ਨੇ ਫਸਲ ਘੱਟ ਡੱਕੀ ਆ ਅਤੇ ਲੇਬਰਾਂ ਇੱਥੇ ਵਿਹਲੀਆਂ ਬੈਠੀਆਂ।